ਇੱਕ ਭਿਆਨਕ ਸੜਕ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਤੇਜ਼ ਰਫ਼ਤਾਰ ਬੱਸ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਸਾਈਡ ਮਾਰੀ ਗਈ ਅਤੇ ਉਸ ਬਾਈਕ ਚਾਲਕ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਜੀ ਹਾਂ, ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਹ ਤੇਜ਼ ਰਫ਼ਤਾਰ ਬੱਸ ਵਿਚਾਲੇ ਆਉਂਦੀ ਆਉਂਦੀ ਇੱਕਦਮ ਕੱਟ ਮਾਰਦੀ ਹੈ ਤਾਂ ਸਾਹਮਣੇ ਆ ਰਿਹਾ ਬਾਈਕ ਸਵਾਰ ਬਚਦਾ ਬਚਦਾ ਵੀ ਬੱਸ ਦੇ ਪਿਛਲੀ ਸਾਈਡ ਦੇ ਨਾਲ ਉਸਦੀ ਬਾਈਕ ਲੱਗ ਜਾਂਦੀ ਹੈ, ਇੰਨੀ ਜ਼ੋਰ ਦੇ ਨਾਲ ਜ਼ਮੀਨ ਤੇ ਡਿੱਗਦਾ ਹੈ, ਖੂਨ ਨਾਲ ਲੱਥ-ਪੱਥ ਹੋ ਜਾਂਦਾ ਹੈ ਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਇਲਾਜ ਦੌਰਾਨ ਉਹ ਦਮ ਤੋੜ ਦਿੰਦਾ ਹੈ। ਵੀਡੀਓ ਬਟਾਲਾ ਤੋਂ ਸਾਹਮਣੇ ਆਈ ਹੈ। ਬਟਾਲਾ ਦੇ ਘੁਮਾਨ ਨਜ਼ਦੀਕ ਪਿੰਡ ਪੰਡੋਰੀ ਦੇ ਮੋੜ ਤੇ ਇਹ ਹਾਦਸਾ ਹੋਇਆ ਹੈ। ਪਿੰਡ ਦੀ ਹੀ ਸੜਕ ਹੈ, ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਕਿਵੇਂ ਬੱਸ ਜਿਹੜੀ ਹੈ ਨਿੱਜੀ ਬੱਸ ਹੈ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਹੈ। ਪਹਿਲੇ ਤਾਂ ਸੜਕ ਦੇ ਵਿਚਾਲੇ ਚੱਲ ਰਹੀ ਹੁੰਦੀ ਹੈ ਤਾਂ ਫਿਰ ਅੱਗੇ ਜਾ ਕੇ ਇੱਕਦਮ ਮੋੜ ਕੱਟਦੀ ਹੈ, ਕੱਟ ਮਾਰਦੀ ਹੈ, ਦੂਸਰੀ ਸਾਈਡ ਨੂੰ ਜਾਂਦੀ ਹੈ ਤਾਂ ਸਾਹਮਣੇ ਆ ਰਿਹਾ ਬਾਈਕ ਸਵਾਰ ਇਸ ਬੱਸ ਤੋਂ ਬਚਦਾ ਬਚਦਾ ਵੀ ਬੱਸ ਦੀ ਪਿਛਲੀ ਸਾਈਡ ਦੇ ਨਾਲ ਟਕਰਾ ਜਾਂਦਾ ਹੈ। ਇਹ ਬੱਸ ਜਦੋਂ ਕੱਟ ਮਾਰਦੀ ਹੈ ਤਾਂ ਉਸਦੀ ਪਿਛਲੀ ਸਾਈਡ ਇਸ ਬਾਈਕ ਸਵਾਰ ਨੂੰ ਇੰਨੀ ਜ਼ੋਰ ਦੇ ਨਾਲ ਲੱਗਦੀ ਹੈ, ਉੱਤੋਂ ਬਾਈਕ ਸਵਾਰ ਦੀ ਸਪੀਡ ਵੀ ਕਾਫੀ ਤੇਜ਼ ਸੀ, ਜਿਸ ਕਰਕੇ ਉਹ ਬੜੀ ਜ਼ੋਰ ਦੇ ਨਾਲ ਜ਼ਮੀਨ ਤੇ ਡਿੱਗਦਾ ਹੈ ਅਤੇ ਖੂਨ ਨਾਲ ਲੱਥ-ਪੱਥ ਹੋ ਜਾਂਦਾ ਹੈ, ਸਿਰ 'ਚ ਸੱਟ ਲੱਗਦੀ ਹੈ। ਪਰ ਉਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਇਲਾਜ ਦੌਰਾਨ ਇਸਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ ਮਲੂਕ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਘੁਮਾਨ ਵਜੋਂ ਹੋਈ ਹੈ, ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਾਹਮਣੇ ਆਉਂਦੀ ਤੇਜ਼ ਰਫ਼ਤਾਰ ਬੱਸ ਨੇ ਪਿਛਲੀ ਸਾਈਡ ਜਿਹੜੀ ਹੈ ਕੱਟ ਮਾਰਦਿਆਂ ਹੋਇਆਂ ਇਸ ਬਾਈਕ ਨੂੰ ਮਾਰ ਦਿੱਤੀ, ਜਿਸ ਕਰਕੇ ਬਾਈਕ ਸਵਾਰ ਸੜਕ ਤੇ ਹੀ ਡਿੱਗ ਗਿਆ ਅਤੇ ਇੰਨੀ ਬੁਰੀ ਤਰ੍ਹਾਂ ਜ਼ਮੀਨ ਤੇ ਡਿੱਗਿਆ, ਖੂਨ ਨਾਲ ਲੱਥ-ਪੱਥ ਹੋ ਗਿਆ। ਤਸਵੀਰਾਂ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਜੋ ਉਸ ਸ਼ਖਸ ਦਾ ਹਾਲ ਹੋਇਆ ਸੀ ਤੇ ਜਦੋਂ ਉਸਨੂੰ ਲੋਕਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਇਸਦੀ ਮੌਤ ਹੋ ਗਈ। ਉਧਰ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ, ਪੂਰਾ ਪਰਿਵਾਰ ਧਾਹਾਂ ਮਾਰ ਮਾਰ ਰੋ ਰਿਹਾ ਹੈ। ਸੀਸੀਟੀਵੀ ਵੀਡੀਓ ਦੇ ਵਿੱਚ ਹਾਦਸਾ ਸਾਫ ਸਾਫ ਨਜ਼ਰ ਆਇਆ ਹੈ, ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਉਧਰ ਪਰਿਵਾਰ ਦੇ ਵੱਲੋਂ ਵੀ ਇਨਸਾਫ ਮੰਗਿਆ ਜਾ ਰਿਹਾ ਹੈ। ਇੱਕ ਭਿਆਨਕ ਸੜਕ ਹਾਦਸੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਤੇਜ਼ ਰਫ਼ਤਾਰ ਬੱਸ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਸਾਈਡ ਮਾਰੀ ਗਈ ਅਤੇ ਉਸ ਬਾਈਕ ਚਾਲਕ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਜੀ ਹਾਂ, ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਹ ਤੇਜ਼ ਰਫ਼ਤਾਰ ਬੱਸ ਵਿਚਾਲੇ ਆਉਂਦੀ ਆਉਂਦੀ ਇੱਕਦਮ ਕੱਟ ਮਾਰਦੀ ਹੈ ਤਾਂ ਸਾਹਮਣੇ ਆ ਰਿਹਾ ਬਾਈਕ ਸਵਾਰ ਬਚਦਾ ਬਚਦਾ ਵੀ ਬੱਸ ਦੇ ਪਿਛਲੀ ਸਾਈਡ ਦੇ ਨਾਲ ਉਸਦੀ ਬਾਈਕ ਲੱਗ ਜਾਂਦੀ ਹੈ, ਇੰਨੀ ਜ਼ੋਰ ਦੇ ਨਾਲ ਜ਼ਮੀਨ ਤੇ ਡਿੱਗਦਾ ਹੈ, ਖੂਨ ਨਾਲ ਲੱਥ-ਪੱਥ ਹੋ ਜਾਂਦਾ ਹੈ ਤੇ ਜਦੋਂ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਇਲਾਜ ਦੌਰਾਨ ਉਹ ਦਮ ਤੋੜ ਦਿੰਦਾ ਹੈ। ਵੀਡੀਓ ਬਟਾਲਾ ਤੋਂ ਸਾਹਮਣੇ ਆਈ ਹੈ। ਬਟਾਲਾ ਦੇ ਘੁਮਾਨ ਨਜ਼ਦੀਕ ਪਿੰਡ ਪੰਡੋਰੀ ਦੇ ਮੋੜ ਤੇ ਹਾਦਸਾ ਹੋਇਆ ਹੈ। ਪਿੰਡ ਦੀ ਹੀ ਸੜਕ ਹੈ, ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਕਿਵੇਂ ਬੱਸ ਜਿਹੜੀ ਹੈ ਨਿੱਜੀ ਬੱਸ ਹੈ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਹੈ। ਪਹਿਲੇ ਤਾਂ ਸੜਕ ਦੇ ਵਿਚਾਲੇ ਚੱਲ ਰਹੀ ਹੁੰਦੀ ਹੈ ਤਾਂ ਫਿਰ ਅੱਗੇ ਜਾ ਕੇ ਇੱਕਦਮ ਮੋੜ ਕੱਟਦੀ ਹੈ, ਕੱਟ ਮਾਰਦੀ ਹੈ, ਦੂਸਰੀ ਸਾਈਡ ਨੂੰ ਜਾਂਦੀ ਹੈ ਤਾਂ ਸਾਹਮਣੇ ਆ ਰਿਹਾ ਬਾਈਕ ਸਵਾਰ ਇਸ ਬੱਸ ਤੋਂ ਬਚਦਾ ਬਚਦਾ ਵੀ ਬੱਸ ਦੀ ਪਿਛਲੀ ਸਾਈਡ ਦੇ ਨਾਲ ਟਕਰਾ ਜਾਂਦਾ ਹੈ। ਇਹ ਬੱਸ ਜਦੋਂ ਕੱਟ ਮਾਰਦੀ ਹੈ ਤਾਂ ਉਸਦੀ ਪਿਛਲੀ ਸਾਈਡ ਇਸ ਬਾਈਕ ਸਵਾਰ ਨੂੰ ਇੰਨੀ ਜ਼ੋਰ ਦੇ ਨਾਲ ਲੱਗਦੀ ਹੈ, ਉੱਤੋਂ ਬਾਈਕ ਸਵਾਰ ਦੀ ਸਪੀਡ ਵੀ ਕਾਫੀ ਤੇਜ਼ ਸੀ, ਜਿਸ ਕਰਕੇ ਉਹ ਬੜੀ ਜ਼ੋਰ ਦੇ ਨਾਲ ਜ਼ਮੀਨ ਤੇ ਡਿੱਗਦਾ ਹੈ ਅਤੇ ਖੂਨ ਨਾਲ ਲੱਥ-ਪੱਥ ਹੋ ਜਾਂਦਾ ਹੈ, ਸਿਰ 'ਚ ਸੱਟ ਲੱਗਦੀ ਹੈ। ਪਰ ਉਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਇਲਾਜ ਦੌਰਾਨ ਇਸਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ ਮਲੂਕ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਘੁਮਾਨ ਵਜੋਂ ਹੋਈ ਹੈ, ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਾਹਮਣੇ ਆਉਂਦੀ ਤੇਜ਼ ਰਫ਼ਤਾਰ ਬੱਸ ਨੇ ਪਿਛਲੀ ਸਾਈਡ ਜਿਹੜੀ ਹੈ ਕੱਟ ਮਾਰਦਿਆਂ ਹੋਇਆਂ ਇਸ ਬਾਈਕ ਨੂੰ ਮਾਰ ਦਿੱਤੀ, ਜਿਸ ਕਰਕੇ ਬਾਈਕ ਸਵਾਰ ਸੜਕ ਤੇ ਹੀ ਡਿੱਗ ਗਿਆ ਅਤੇ ਇੰਨੀ ਬੁਰੀ ਤਰ੍ਹਾਂ ਜ਼ਮੀਨ ਤੇ ਡਿੱਗਿਆ, ਖੂਨ ਨਾਲ ਲੱਥ-ਪੱਥ ਹੋ ਗਿਆ।
ਤਸਵੀਰਾਂ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਜੋ ਉਸ ਸ਼ਖਸ ਦਾ ਹਾਲ ਹੋਇਆ ਸੀ ਤੇ ਜਦੋਂ ਉਸਨੂੰ ਲੋਕਾਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਇਸਦੀ ਮੌਤ ਹੋ ਗਈ। ਉਧਰ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ, ਪੂਰਾ ਪਰਿਵਾਰ ਧਾਹਾਂ ਮਾਰ ਮਾਰ ਰੋ ਰਿਹਾ ਹੈ। ਸੀਸੀਟੀਵੀ ਵੀਡੀਓ ਦੇ ਵਿੱਚ ਹਾਦਸਾ ਸਾਫ਼ ਸਾਫ਼ ਨਜ਼ਰ ਆਇਆ ਹੈ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਉਧਰ ਪਰਿਵਾਰ ਦੇ ਵੱਲੋਂ ਵੀ ਇਨਸਾਫ਼ ਮੰਗਿਆ ਜਾ ਰਿਹਾ ਹੈ।